ਸਤਿ ਸ਼੍ਰੀ ਅਕਾਲ ਮੈਂ ਜਸਵਿੰਦਰ ਪਾਲ ਚੈਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਅਤੇ ਗੱਲ ਕਰਦੇ ਹਾਂ ਇਸ ਸਮੇਂ ਕੀ ਪੰਜਾਬ ਵਿੱਚ ਖਾਲਸਤਾਨੀ ਇੱਕ ਮੂਵਮੈਂਟ ਸਰਗਰਮ ਹੋ ਰਹੀ ਹੈ ਜਿਸ ਨੂੰ ਲੈ ਕੇ ਭਾਜਪਾ ਨੇਤਾਵਾਂ ਨੂੰ ਖਤਰਾ ਲੱਗਣ ਲੱਗਿਆ ਹੈ ਜੀਆਂ ਖਬਰ ਕੇਂਦਰ ਸਰਕਾਰ ਤੋਂ ਹੈ ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਦੇ ਹੋਮ ਮੰਤਰਾਲੇ ਨੇ ਇੱਕ ਫੈਸਲਾ ਲੈਂਦੇ ਹੋਏ ਪੰਜ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਲੋਕ ਕਾਂਗਰਸ ਛੱਡ ਕੇ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ 4 ਹੋਰ ਐਮਐਲਏ ਇੱਕ ਐਮਪੀ ਹੈ ਜਿਨ੍ਹਾਂ ਵਿੱਚ ਅਮਰੀਤ ਸਿੰਘ ਆਲੀਵਾਲ ਜੋ ਕਿ ਸਾਬਕਾ ਐਮਪੀ ਨੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਐਕਸ ਐਮਐਲਏ ਹਰਜਿੰਦਰ ਠੇਕੇਦਾਰ ਉਸ ਤੋਂ ਇਲਾਵਾ ਗੱਲ ਕਰਦੇ ਆ ਐਕਸ ਐਮਐਲਏ ਹਰਜਿੰਨ ਮੁਆਫ ਕਰਨਾ ਹਰਚੰਦ ਕੌਰ ਜੀ ਜੋ ਕਿ ਪਠਾਨਕੋਟ ਤੋਂ ਐਮ ਐਲ ਏ ਸੀਗੇ ਤੇ ਨਾਲ ਨਾਲ ਪੰਜਾਬ ਲੋਕ ਕਾਂਗਰਸ ਦੇ ਸਾਫ ਦਾ ਜਨਰਲ ਸਖਤਰ ਜਾਨੀ ਕਿ ਉਹਨੋਂ ਭਾਜੀਪੀ ਸ਼ਾਮਲ ਹੋ ਚੁੱਕੇ ਨੇ ਕਮਲਦੀਪ ਸੈਣੀ ਜਿਨ੍ਹਾਂ ਨੂੰ ਵਾਈ ਸ਼ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਜੇ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਰਾਜਨੀਤੀ ਦਾ ਪੱਕਾ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਇਹ ਇੱਕ ਤੋਹਫਾ ਦਿੱਤਾ ਹੈ ਸੈਂਟਰ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਜਾਂ ਦੂਸਰੇ ਪਾਸੇ ਵੇਰਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਂ ਇੰਟੈਲੀਜੈਂਸ ਦੀ ਰਿਪੋਰਟ ਹੈ ਕਿ ਖਾਲਿਸਤਾਨ ਦੀਆਂ ਮੂਵਮੈਂਟਾਂ ਜਿਵੇਂ ਪੰਜਾਬ ਵਿੱਚ ਉੱਠ ਰਹੀਆਂ ਨੇ ਜਿਵੇਂ ਕਿ ਅਮਰਤਪਾਲ ਸਿੰਘ ਵੱਲੋਂ ਜਦੋਂ ਪੱਗ ਬੰਨੀ ਗਈ ਸੀ ਦਸਤਾਰ ਸਜਾਈ ਗਈ ਸੀ ਤਾਂ ਉਸ ਵੇਲੇ ਖਾਲਿਸਤਾਨ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਸੀ ਜਿਸ ਨੂੰ ਲੈ ਕੇ ਭਾਜਪਾ ਅੰਦਰ ਬੇਚੈਨੀ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕਈ ਭਾਜਪਾ ਆਗੂਆਂ ਨੂੰ ਖਤਰਾ ਵੀ ਮਹਿਸੂਸ ਹੋ ਰਿਹਾ ਹੈ ਪਰੰਤੂ ਇੰਟੈਲੀਜੈਂਸੀ ਦੀ ਜਿਹੜੀ ਰਿਪੋਰਟ ਆਈ ਹੈ ਉਸ ਵਿੱਚ ਇਹਨਾਂ ਪੰਜ ਲੀਡਰਾਂ ਦਾ ਨਾਮ ਦਿੱਤਾ ਗਿਆ ਹੈ ਜਿਸ ਨੂੰ ਖਾਲਿਸਤਾਨੀਆਂ ਤੋਂ ਖਤਰਾ ਦੱਸਿਆ ਗਿਆ ਹੈ ਤੋਂ ਇਲਾਵਾ ਦੀ ਮੂਵਮੈਂਟ ਤੋਂ ਖਤਰਾ ਦੱਸਿਆ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਪੰਜ ਜਿਹੜੇ ਨੇ ਇਹਨਾਂ ਵਿੱਚ ਪੰਜਾਬ ਦੇ ਸਾਫ ਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਕਸ ਐਮਪੀ ਅਮ੍ਰਿਤ ਸਿੰਘ ਆਲੀਵਾਲ ਐਕਸ ਐਮਐਲਏ ਹਰਚੰਦ ਕੌਰ ਐਕਸ ਐਮਐਲਏ ਹਰਜਿੰਦਰ ਟੇਕੇਦਾਰ ਅਤੇ ਪੰਜ ਪਾਦੇ ਹੁਣ ਵੱਡੇ ਨੇਤਾ ਕਮਲਦੀਪ ਸੈਣੀ ਜਿਨ੍ਹਾਂ ਨੂੰ ਇਸ ਵਾਈ ਸ਼੍ਰੇਣੀ ਸਰਕਿਆਤ ਦਿੱਤੀ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਵੀ ਖਬਰ ਨਿਕਲ ਕੇ ਆ ਰਹੀ ਹੈ ਕਿ ਜਿਹੜੀ ਇਹ ਖਬਰ ਹੈ ਖਬਰ ਵਿੱਚ ਸਹੀ ਕਿੰਨੀ ਹੈ ਪਰੰਤੂ ਮੂਵਮੈਂਟਾਂ ਜਿਹੜੀਆਂ ਨੇ ਉਹ ਜ਼ਰੂਰ ਪੈਦਾ ਹੋ ਰਹੀਆਂ ਨੇ ਜਿਵੇਂ ਕਿ ਸੰਗਰੂਰ ਲੋਕ ਸਭਾ ਚਨਾਵ ਵੇਲੇ ਵੀ ਜਦੋਂ ਸਿੰਘ ਜੀ ਸਿੰਘ ਮਾਨ ਜਿੱਤੇ ਸੀ ਉਸ ਸਮੇਂ ਵੀ ਖਾਲਿਸਤਾਨ ਦੇ ਨਾਰੇ ਲੱਗਦੇ ਰਹੇ ਨੇ ਉਹ ਵੀ ਕਈ ਫੰਕਸ਼ਨਾਂ ਵਿੱਚ ਖਾਲਿਸਤਾਨ ਦੇ ਨਾਰੇ ਲੱਗਦੇ ਨੇ ਉਤੋਂ ਬਾਅਦ ਦੀਪ ਸਿੱਧੂ ਦੀ ਅਤੇ ਅਮਰਿਤਪਾਲ ਸਿੰਘ ਹੁਣ ਜੋ ਕਿ ਸਰਗਰਮ ਆਗੂ ਨੇ ਖਾਲਿਸਤਾਨ ਦੇ ਜੋ ਕਿ ਦੱਸ ਰਹੇ ਨੇ ਉਹ ਹਜੇ ਤੱਕ ਕੇਂਦਰ ਏਜੰਸੀਆਂ ਦੇ ਜਿਹੜੇ ਉਹ ਨੇ ਏਜੰਡੇ ਨੇ ਉਹਨਾਂ ਦੇ ਹਾਸ਼ੀਏ ਤੇ ਨੇ ਕਿਉਂਕਿ ਅਮਰਿਤਪਾਲ ਸਿੰਘ ਕੌਣ ਹੈ ਇਹਦੇ ਪਿੱਛੇ ਕੌਣ ਹੈ ਇਹ ਫਿਲਹਾਲ ਸਵਾਲ ਵੱਡਾ ਹੈ ਅਚਾਨਕ ਹੀ ਇਹ ਵੱਡਾ ਚਿਹਰਾ ਕਿਵੇਂ ਬਣਿਆ ਇਹ ਸਵਾਲ ਵੀ ਏਜੰਸੀਆਂ ਦੇ ਚਿਹਰੇ ਤੇ ਜਿਹਨੂੰ ਲੈ ਕੇ ਭਾਜਪਾ ਦੇ ਜਿਹੜੇ ਵੱਡੇ ਲੀਟਰ ਨੇ ਉਪਸੀਨੋ ਪਸੀਨੀ ਹੋਏ ਫੜਦੇ ਨੇ ਜਾਨੀ ਕਿ ਡਰ ਦਾ ਮਾਹੌਲ ਦਿਖਾ ਰਹੇ ਨੇ ਫਿਲਹਾਲ ਇਹ ਡਰ ਕਿੰਨਾ ਕੁ ਸੱਚਾ ਹੈ ਇਹ ਇੱਕ ਸਵਾਲ ਹੈ ਪਰੰਤੂ ਕੇਂਦਰ ਸਰਕਾਰ ਦੀ ਇੰਟੈਲੀਜੈਂਸੀ ਨੇ ਜਿਨਾ 5 ਲੀਟਰ ਨੂੰ ਵਾਇਸ਼ ਰੈਣੀ ਦਿੱਤੀ ਹੈ ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਤੇ ਸਾਬਕਾ ਐਮਪੀ ਅਮਰੀਕ ਸਿੰਘ ਆਲੇਵਲ ਅਤੇ ਐਕਸ ਐਮਐਲਏ ਹਰਚੰਦ ਕੌਰ ਐਕਸ ਐਮਐਲਏ ਹਰਜਿੰਦਰ ਠੇਕੇਦਾਰ ਅਤੇ ਕਮਲਦੀਪ ਸੈਣੀ ਜੋ ਕਿ ਭਾਜਪਾ ਦੇ ਲੀਡਰ ਨੇ ਇਹਨਾਂ ਨੂੰ ਸ਼੍ਰੇਣੀ ਦਿੱਤੀ ਗਈ ਹੈ ਹੁਣ ਸਵਾਲ ਇੱਕ ਬਹੁਤ ਵੱਡਾ ਪਣਪੜਿਆ ਕਿ ਪੰਜਾਬ ਵਿੱਚ ਸੱਚਮੁੱਚ ਹਾਲਾਤ ਖਰਾਬ ਨੇ ਜਾਂ ਫਿਰ ਸਿਆਸੀ ਲਹਾ ਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸਵਾਲ ਦਾ ਉੱਤਰ ਤੁਸੀਂ ਦੇਣਾ ਨਪੁਲਿਓ ਤਦ ਤੱਕ ਤੁਸੀਂ ਦੇਖਦੇ ਰਹੋ ਚਾਹੇ ਨਿਸ਼ਾਨ ਪੰਜਾਬੀ ਮਾਣ ਪੰਜਾਬ ਦਾ ਧੰਨਵਾਦ